ਉਹ ਮਕਬੂਜ਼ਾ ਕਸ਼ਮੀਰ ਦੇ ਇੱਕ ਬਾਬਾ ਜੀ ਨਾਰਾ ਲਾਉਂਦੇ ਸਨ, ਕੀ ਲਾਉਂਦੇ ਸਨ ਜਿਹੜੇ ਗ੍ਰਿਫਤਾਰ ਕਰ ਲੈਣ ਇਹਨਾਂ ਨੇ, ਉਹਨਾਂ ਦਾ ਨਾਮ ਬਰਕਾਤੀ, ਉਹਨਾਂ ਨੂੰ ਇਨਾਮ ਕੇ ਅੰਦਰ ਕਰ ਛੱਡੇ। ਹਮੇ ਆਪ ਦਿੱਲੀ ਕੋ ਵੀ ਪਾਕਿਸਤਾਨ ਬਣਾਣਾ ਹੈ। ਬੁਰਹਾਨ ਕੇ ਸਦਕੇ, ਅਫਜ਼ਲ ਕੇ ਸਦਕੇ ਲੈ ਕੇ ਰਹੇਗੀ ਕਸ਼ਮੀਰ ਭੈਣ ਜੀ। ਉਹ ਬਾਬੇ ਨੂੰ ਵੀ ਅੰਦਰ ਕੋ, ਸਾਡੇ ਬਾਬੇ ਦਾ ਨਾਰਾ ਉਹ ਹਿੰਦੂ ਗਾਂ ਦਾ ਮੂਤਰ ਪੀੜ ਵਾਲਾ ਨਹੀਂ ਚੱਲ ਸਕੇ। ਉਹ ਕਮਾਲ ਕਰਦਾ, ਪੂਰੇ ਮਜਮੇ ਨੂੰ ਲੈ ਜਾਂਦਾ ਵਾ, ਕੱਲਾ ਬਾਬਾ ਪੂਰੇ ਮਜਮੇ ਨੂੰ ਲੈ ਜਾਂਦਾ। ਆਈ ਆਈ ਉਹ ਬਾਬਾ ਕਹਿੰਦਾ ਆਈ ਆਈ ਆਜ਼ਾਦੀ, ਬੋਲੋ ਨਾ ਆਈ ਆਈ ਆਜ਼ਾਦੀ, ਆਈ ਆਈ ਆਜ਼ਾਦੀ। ਉਹ ਬਾਬਾ ਜਦੋਂ ਕਹਿੰਦਾ ਨਾ ਆਈ ਆਈ ਤੇ ਮੈਨੂੰ ਵਾਕਈ ਲੱਗਦਾ ਬਈ ਹੁਣੇ ਮਕਬੂਜ਼ਾ ਕਸ਼ਮੀਰ ਵਿੱਚ ਪਾਕਿਸਤਾਨੀ ਫੌਜ ਝੰਡਾ ਲਾਉਣ ਲੱਗੀ। ਗੋਲੀ ਚੱਲੀ ਹੈ, 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 ਜਿਸ ਚੱਲ ਲੱਗੀ ਹੈ ਹਮ ਤਬ ਵੀ ਮਾਂਗੇ ਆਜ਼ਾਦੀ, ਚਾਹੇ ਜੇਲ ਭੇਜੋ ਆਜ਼ਾਦੀ। ਮੈਨੂੰ ਐਵੇਂ ਮਹਿਸੂਸ ਹੁੰਦਾ ਕਿ ਮੰਗਲਾ ਡੈਮ ਵਿੱਚੋਂ ਪਾਕਿਸਤਾਨੀ ਫੌਜ ਨੇ ਕਿਹਾ ਲੰਮਾ ਪਿਆ ਮੁਹੰਮਦ ਅਰਬੀ ਦੇ ਸ਼ੇਰ ਆ ਰਿਹਾ, ਮੰਗਲਾ ਡੈਮ ਵੀ ਲੰਮਾ ਪੈ ਗਿਆ, ਆਈ ਆਈ ਬਸ ਆਈ ਆਈ ਹੁਣ ਆਜ਼ਾਦੀ। ਤੁਸੀਂ ਵੀ ਤਕੜੇ ਹੋ। ਹਾਂਜੀ, ਉਹ ਬਾਬੇ ਨੇ ਐਡੇ ਨਾਰੇ ਲਾ ਕੇ, ਮੇਰੇ ਜਿਹਾ ਬੰਦਾ, ਮੇਰਾ ਦਿਲ ਕਰਦਾ ਵੀਲ ਚੇਅਰ ਤੇ ਉੱਠ ਕੇ ਮੈਂ ਬਾਬੇ ਵਾਲੇ ਨਾਰੇ ਲਾਵਾਂ। ਹਾਂਜੀ, ਅਗਰ ਕਿਸੇ ਨੇ ਡੇਢ ਹੀ ਦਰਦ ਹੋਵੇ ਤੇ ਮਜ਼ੀਦ ਉਹਨੂੰ ਕਹੋ ਆਈ ਆਈ। ਹਾਂਜੀ, ਲੈ ਕੇ ਰਹੇਗੇ, ਲੈ ਕੇ ਰਹੇਗੇ, ਲੈ ਕੇ ਰਹੇਗੇ, ਵਾਦਾ ਹਮਾਰਾ ਲੈ ਕੇ ਰਹੇਗੇ, ਆਜ਼ਾਦੀ ਲੈ ਕੇ ਰਹੇਗੇ, ਆਜ਼ਾਦੀ ਲੈ ਕੇ ਰਹੇਗੇ, ਆਜ਼ਾਦੀ ਵਾਦਾ ਹਮਾਰਾ।